ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕੀ ਤਿਆਰੀਆਂ ਨੇ, ਕਿਸ ਤਰੀਕੇ ਦਾ ਚੋਣ ਪ੍ਰਚਾਰ ਵੱਖ ਵੱਖ ਵਾਰਡਸ ਦੇ ਵਿੱਚ ਜਾ ਕੇ ਕੀਤਾ ਗਿਆ ਹੈ? ਮਨਜੀਤ ਸਿੰਘ ਰਾਏ ਸਾਡੇ ਨਾਲ ਨੇ, ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਰਾਏ ਸਾਹਿਬ, ਕਿਵੇਂ ਚੋਣ ਪ੍ਰਚਾਰ ਅਸਲ 'ਚ ਹੋ ਰਿਹਾ ਹੈ, ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਦੀ ਸਥਿਤੀ ਕੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਦੈਨਿਕ ਸਵੇਰਾ ਦੇ ਦਰਸ਼ਕ ਨੇ ਉਹਨਾਂ ਆਪ ਤੁਹਾਡੀ ਸਾਰੀ ਟੀਮ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ, ਸਤਿ ਸ਼੍ਰੀ ਅਕਾਲ। ਇਹ ਮੈਂ ਜੋ ਦੇਖਿਆ ਹੈ ਪਿਛਲੇ 3-4 ਦਿਨ ਤੋਂ ਦੇਖ ਰਿਹਾ ਮੈਂ ਕਿ ਬੈਠਕਾਂ ਕਰਨ ਦਾ ਵੀ ਟਾਈਮ ਮਿਲਿਆ, ਨੁੱਕੜ ਬੈਠਕਾਂ, ਡਰਾਇੰਗ ਰੂਮ ਮੀਟਿੰਗਸ ਉਹਦੇ ਵਿੱਚ ਔਰ ਆਮ ਜਨਮਾਨਸ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਲੋਕ ਮਨ ਬਣਾਈ ਬੈਠੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣ ਵਾਸਤੇ। ਉਹਦਾ ਕਾਰਨ ਹੈ, ਉਹ ਕਹਿੰਦੇ ਵੀ ਸਾਰੀਆਂ ਪਾਰਟੀਆਂ ਨੂੰ ਅਸੀਂ ਪਰਖ ਲਿਆ, ਕਾਂਗਰਸ ਨੂੰ ਬਹੁਤ ਵਾਰੀ ਮੌਕਾ ਦਿੱਤਾ ਹੈ, ਆਮ ਆਦਮੀ ਪਾਰਟੀ ਨੂੰ ਵੀ ਪਿੱਛੇ ਅਸੀਂ ਇੰਨੇ ਬਹੁਮਤ ਨਾਲ ਮੌਕਾ ਦਿੱਤਾ ਹੈ, ਲੇਕਿਨ ਹੁਣ ਲੋਕਾਂ ਨੇ ਮਨ ਬਣਾ ਲਿਆ ਕਿ ਡਬਲ ਇੰਜਨ ਦੀ ਸਰਕਾਰ ਜਿਹੜੀ ਮੋਦੀ ਜੀ ਦੀ 27 'ਚ ਚਾਹੀਦੀ ਹੈ, ਉਹਦਾ ਜਿਹੜਾ ਪਹਿਲਾ ਸ਼ੁਰੂਆਤ ਹੈ ਉਹ ਇਸ 22 ਇਲੈਕਸ਼ਨ ਤੋਂ ਹੋਣੀ ਹੈ। ਔਰ 22 ਇਲੈਕਸ਼ਨ ਜਿਹੜੀ ਹੈ ਪੂਰਾ ਮਨ ਬਣਾ ਕੇ ਲੋਕ ਭਾਰਤੀ ਜਨਤਾ ਪਾਰਟੀ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਕਾਲੀ ਦਲ ਦਾ ਜੋ ਹਾਲਾਤ ਹੋਇਆ, ਦਫਾੜ ਹੋਈ ਜਿਸ ਤਰੀਕੇ ਦੇ ਨਾਲ, ਪੰਥਕ ਪਾਰਟੀ ਕਹਾਉਂਦੀ ਸੀ ਔਰ ਉਹਦਾ ਫਾਇਦਾ ਬੀਜੇਪੀ ਨੂੰ ਹੋਣ ਜਾ ਰਿਹਾ ਜਾਂ ਨਹੀਂ, ਬਸਪਾ ਨੂੰ ਸਪੋਰਟ ਤਾਂ ਕਰ ਰਹੇ ਨੇ ਲੇਕਿਨ ਇੱਕ ਧੜਾ ਵੱਖਰੇ ਤੌਰ ਦੇ ਉੱਪਰ ਜਿਹੜਾ ਬਾਗੀ ਹੋਇਆ ਉਸ ਨੂੰ ਨਾਮ ਨਰਿੰਦਰ ਮੋਦੀ ਜਾਂ ਫਿਰ ਭਾਜਪਾ 2 ਦਾ ਨਾਮ ਦੇ ਨਾਲ ਜਾਣਿਆ ਜਾਣ ਲੱਗਾ, ਉਹ ਕਿੰਨਾ ਕੁ ਬੀਜੇਪੀ ਦਾ ਸਮਰਥਕ ਹੈ ਉਹ ਪਾਰਟੀ, ਕੀ ਹਾਲਾਤ ਕੀ ਨੇ ਉਸ ਪਾਰਟੀ ਨੂੰ ਲੈ ਕੇ? ਨਹੀਂ, ਇਹ ਜਿਹੜਾ ਚੱਲ ਰਿਹਾ ਨਾ ਪੰਥ ਦੀ ਗੱਲ ਆਉਂਦੀ ਹੈ, ਮੈਂ ਅੱਗੇ ਵੀ ਕਹਿੰਦਾ ਸਾਂ ਵੀ ਪੰਥ ਕੀ ਹੈ, ਪਹਿਲਾਂ ਆਪਦੇ ਗੁਰੂ ਸਾਹਿਬ ਦੇ ਅਕੀਦਾ ਜਿਹੜਾ ਹੈ, ਉਹ ਜਿਹਨੂੰ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹਨਾਂ ਨੂੰ ਅਸੀਂ ਜਿਹੜਾ ਨਤਮਸਤਕ ਹੁੰਦੇ ਹਾਂ, ਮੱਥਾ ਟੇਕਦੇ ਹਾਂ, ਔਰ ਉਹਦੇ ਹੀ ਗਾਈਡਲਾਈਨ ਅਨੁਸਾਰ ਹੀ ਇੱਕ ਜਿਹੜਾ ਗੁਰੂ ਕਾ ਸਿੱਖ ਜਿਹੜਾ ਹੈ ਉਹ ਆਪਣਾ ਪੂਰਾ ਵਿਚਰਦਾ ਹੈ। ਉਹ ਉਹਦੇ 'ਤੇ ਐਵੇਂ ਜ਼ਬਾਨੀ ਕਲਾਮੀ ਆਪਣੇ ਆਪ ਨੂੰ ਪੰਥ ਕਹਿ ਦੇਣਾ ਮੈਂ ਸਮਝਦਾ ਨਹੀਂ, ਪਹਿਲਾਂ ਉਹਨਾਂ ਬਾਰੇ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ। ਔਰ ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹ ਹਰ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਰਿਐਲਿਟੀ ਜਿਹੜਾ ਮੱਥਾ ਵੀ ਟੇਕਦੇ ਆ, ਕਿਉਂਕਿ ਪਾਤਸ਼ਾਹ ਕਹਿੰਦੇ ਇਕੱਲਾ ਮੱਥਾ ਟੇਕਣ ਗੱਲ ਨਹੀਂ ਬਣਨੀ, ਸਤਿਗੁਰੂ ਸਭ ਨੂੰ ਦੇਖਦਾ ਜੇਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵੇ ਜੀ ਚਿਰ ਸ਼ਬਦ ਨਾ ਕਰੇ ਵਿਚਾਰ। ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਵਰਕਰ ਜਿਹੜਾ ਹੈ ਉਹ ਗੁਰੂ ਸਾਹਿਬ ਦੇ ਅਕੀਦੇ ਦੇ ਹਿਸਾਬ ਨਾਲ ਆਪਣੇ ਜੀਵਨ ਵਿਹਾਰ ਨੂੰ ਜੀਵਨ ਬਤੀਤ ਕਰਦਾ ਹੈ। ਔਰ ਜਿਹੜੀ ਤੁਸੀਂ ਗੱਲ ਕਹੀ ਹੈ ਇਹਦੇ ਵਿੱਚ, ਇਹ ਸਾਡੇ ਵੱਲੋਂ ਉਹ ਕੋਈ ਏ ਟੀਮ ਕਹੀ ਜਾਵੇ, ਬੀ ਟੀਮ ਕਹੀ ਜਾਵੇ, ਲੇਕਿਨ ਭਾਰਤੀ ਜਨਤਾ ਪਾਰਟੀ ਇਸ ਵੇਲੇ ਲੋਕਾਂ ਦਾ ਜੋ ਮਨ ਹੈ, ਲੋਕਾਂ ਦਾ ਮਨ ਇਹ ਹੈ ਕਿ ਅਸੀਂ ਇਹਨਾਂ ਸਾਰਿਆਂ ਲੋਕਾਂ ਨੂੰ ਪਰਖ ਲਿਆ, ਅਕਾਲੀ ਦਲ ਨੂੰ ਵੀ ਪਰਖ ਲਿਆ, ਅਸੀਂ ਕਾਂਗਰਸ ਨੂੰ ਵੀ ਬਹੁਤ ਮੌਕੇ ਦਿੱਤੇ ਆ, ਅਕਾਲੀ ਦਲ ਨੂੰ ਬਹੁਤ ਮੌਕੇ ਦਿੱਤੇ ਆ, ਜਿਹੜਾ ਆਪਣਾ ਕਹਿ ਲਈਏ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਇਹਨਾਂ ਦੇ ਪ੍ਰਲੋਭਨ ਇਹਨਾਂ ਜਿਹੜੇ ਦਿੱਤੇ ਸੀ ਉਹਨਾਂ 'ਚ ਝਾਂਸੇ 'ਚ ਆ ਕੇ ਸਰਕਾਰ 92 MLA ਦਿੱਤੀ ਸੀ, ਲੇਕਿਨ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਨੇ। ਆ ਤੁਸੀਂ ਰਿਜ਼ਲਟ ਜਿਹੜਾ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਵੇਖਿਆ ਹੀ ਹੈ, ਇਸ ਕਰਕੇ ਹੁਣ ਡਬਲ ਇੰਜਨ ਦੀ ਸਰਕਾਰ ਵਾਲੇ ਪਾਸੇ ਲੋਕ ਵੱਧ ਰਹੇ ਆ। ਔਰ ਇਹ ਜ਼ਿਮਨੀ ਚੋਣ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ, ਜਿਹੜੀ ਅਸੀਂ ਮੈਂ ਦਾਅਵੇ ਨਾਲ ਕਹਿੰਦਾ ਕਿ 100% ਜਿਹੜੇ ਲੋਕਾਂ ਦੇ ਆਸ਼ੀਰਵਾਦ ਨਾਲ ਅਸੀਂ ਇਹਨੂੰ ਜਿੱਤਾਂਗੇ। ਜੇਕਰ ਤੁਸੀਂ ਕੀਤਾ ਵੀ ਪੰਥਕ ਅਕੀਦਾ ਜਿਹੜਾ ਅਨੁਸਾਰ ਨਹੀਂ ਚੱਲਦੇ, ਸੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਕਹਿੰਦੇ ਵੀ ਸਾਡੇ ਵਰਗਾ ਪੰਥੀ ਬੰਦਾ ਹੀ ਕੋਈ ਨਹੀਂ, ਅਸੀਂ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੀ ਆ ਪ੍ਰਚਾਰ ਵੀ ਕਰਦੇ ਕਹਿੰਦੇ, ਲੇਕਿਨ ਦੂਸਰੇ ਪਾਸੇ ਜਿਹੜੇ ਜਥੇਦਾਰ ਸਾਹਿਬ ਹੈ ਉਹ ਵੀ ਉਹਨਾਂ ਨੇ ਲਾਏ ਹੋਏ ਹੈ। ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਪਿਛਲੇ ਸਮੇਂ 'ਚ ਵਿਰੋਧ ਕਰਦੇ ਸੀ ਜਥੇਦਾਰ ਤੋਂ ਹਟਾ ਕੇ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਥਾਪਤਾ, ਤੁਸੀਂ ਕਹਿੰਦੇ ਪੰਥਕ ਅਕੀਦੇ ਦੇ ਅਨੁਸਾਰ ਚੱਲਦੇ ਨਹੀਂ। ਇਹ ਬਿਲਕੁਲ ਸਹੀ ਗੱਲ ਹੈ ਕਿ ਦੇਖੋ ਜੇ
ਜਿਹੜੇ ਜਿਹੜਾ ਵਿਅਕਤੀ ਜੇ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਲੋਕ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਮੈਂ ਤਾਂ ਇਹ ਗੱਲ ਕਰਦਾ ਕਿ ਇੱਕ ਵਿਚਾਰੇ ਨੇ ਸ਼ਬਦ ਗਾਇਨ ਕੀਤਾ ਸੀਗਾ ਹਰਿਮੰਦਰ ਸਾਹਿਬ ਵਿੱਚ, ਤਾਂ ਉਸ ਬੰਦੇ ਨੂੰ ਸਿਰਫ ਸ਼ਬਦ ਗਾਇਨ ਤੋਂ ਹੀ ਉਹਨੂੰ ਚੱਕ ਕੇ ਉੱਥੋਂ ਹਟਾ ਦਿੱਤਾ ਗਿਆ ਸੀਗਾ। ਜਿਹੜਾ ਸੱਚ ਹੈ, ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਹੈ ਤਾਂ ਇਹ ਜੇ ਸੱਚ ਨੂੰ ਇਹ ਬਰਦਾਸ਼ਤ ਨਹੀਂ ਕਰਦੇ, ਸੱਚ ਬੜਾ ਕੌੜਾ ਹੁੰਦਾ ਹੈ, ਤਾਂ ਜੇ ਇਹ ਇਹਨਾਂ ਦਾ ਕੋਈ ਆਪਣੀ ਜ਼ਮੀਰ ਦੇ ਅਨੁਸਾਰ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਚਾਹੇ ਉਹ ਜਥੇਦਾਰ ਹੋਵੇ ਚਾਹੇ ਕੋਈ ਰਾਗੀ ਢਾਡੀ ਸਿੰਘ ਹੋਵੇ, ਤਾਂ ਇਹ ਫੱਟ ਉਸੇ ਵੇਲੇ ਉਹਦੇ 'ਤੇ ਐਕਸ਼ਨ ਕਰਦੇ ਆ ਔਰ ਕਹਿੰਦੇ ਵੀ ਉਹੀ ਬੋਲੋ ਜੋ ਕੁਛ ਅਸੀਂ ਕਹਿੰਦੇ ਹਾਂ। ਪੰਥ ਕਾਹਦਾ ਰਹਿ ਗਿਆ ਜੀ, ਇਹ ਤਾਂ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਗਈ, ਉਹਨਾਂ ਦੇ ਲੋਕ ਹੀ ਕਹਿ ਰਹੇ ਆ, ਹੁਣ ਉਹਨਾਂ ਦੇ ਲੋਕ ਖੁਦ ਹੀ ਕਹਿ ਰਹੇ ਆ ਕਿ ਸਾਡੀ ਜਿਹੜੀ ਇਹ ਜਿਹੜੇ ਆ ਪਿੱਛੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ OSD ਰਿਹਾ ਹੈ, ਉਹੀ ਕਹਿ ਰਿਹਾ ਕਿ ਇਹਨੂੰ ਪਾਰਟੀ ਤੌਰ ਚਲਾਓ, ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਤੌਰ 'ਤੇ ਨਾ ਚਲਾਓ। ਇਹਦੇ ਵਿੱਚ ਅਗਲੇ ਹਾਲਾਤ ਕੀ ਹੋਣਗੇ ਪਾਰਟੀ ਦੇ? ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੈ, ਦੂਸਰੇ ਪਾਸੇ ਬਾਗੀ ਧੜਾ, ਲੇਕਿਨ ਮਾਝੇ ਦਾ ਜਰਨੈਲ ਘੋਣ ਵਾਲਾ ਬਿਕਰਮ ਸਿੰਘ ਮਜੀਠੀਆ ਫਿਲਹਾਲ ਚੁੱਪ ਸ਼ਾਂਤੀ ਹੈ, ਕਿਸੇ ਤਰੀਕੇ ਦੇ ਵਿਚਕਾਰ ਨਹੀਂ ਆ ਰਿਹਾ, ਗਾਇਬ ਹੈ, ਕਹਿ ਲਈਏ ਵੀ ਉਸ ਸਮੇਂ ਤੋਂ ਅਲੋਪ ਹੋਇਆ ਪਿਆ। ਵੀਰ ਜੀ, ਇਹ ਉਹਨਾਂ ਦੀ ਹੈਡੇਕ ਹੈ, ਅਸੀਂ ਤਾਂ ਕਹਿੰਦੇ ਹਾਂ ਵੀ ਸਾਡਾ ਉਹਦੇ ਨਾਲ ਕੋਈ ਨਹੀਂ, ਕਿਉਂਕਿ ਪੋਲੀਟੀਕਲ ਪਾਰਟੀਆਂ ਬਾਕੀ ਵੀ ਤੁਰੀਆਂ ਫਿਰਦੀਆਂ ਨੇ, ਬਹੁਜਨ ਸਮਾਜ ਪਾਰਟੀ ਵੀ ਹੈ ਔਰ ਹੋਰ ਅਨੇਕਾਂ ਪਾਰਟੀਆਂ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਕਾਂਗਰਸ ਵਾਲੇ ਆ, ਉਹ ਆਪਣਾ ਉਹਨਾਂ ਨੇ ਆਪਦਾ ਘਰ ਉਹਨਾਂ ਆਪੇ ਸੰਭਾਲਣਾ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ। ਲੇਕਿਨ ਭਾਰਤੀ ਜਨਤਾ ਪਾਰਟੀ ਦਾ ਕਾਰਕੁਨ ਵਰਕਰ ਜਿਹੜਾ ਹੈ ਉਹ ਬੜਾ ਸੰਜੀਦਗੀ ਦੇ ਨਾਲ ਔਰ ਲੋਕਾਂ ਨੇ ਜਿਹੜਾ ਮਨ ਬਣਾਇਆ ਵੀ ਅਸੀਂ ਸਾਰਿਆਂ ਨੂੰ ਮੌਕਾ ਦਿੱਤਾ, ਇਹ ਮੌਕਾ ਜਿਹੜਾ ਡਬਲ ਇੰਜਨ ਸਰਕਾਰ ਦਾ 2027 'ਚ ਮੋਦੀ ਜੀ ਨੂੰ ਦੇਣਾ, ਉਹਦੀ ਸ਼ੁਰੂਆਤ ਇੱਥੋਂ ਬਾਈ ਇਲੈਕਸ਼ਨ ਨੂੰ ਜਿਹੜਾ ਮੋਦੀ ਜੀ ਨੂੰ ਜਿਤਾ ਕੇ ਇੱਥੋਂ ਅਸੀਂ ਸ਼ੁਰੂ ਕਰਾਂਗੇ। ਇਹ ਲੋਕਾਂ ਦਾ, ਮੈਂ ਜਿੰਨਾ ਵੀ ਲੋਕਾਂ ਨਾਲ ਵਿਚਰਿਆ, ਲੋਕਾਂ ਨੇ ਮਨ ਪੱਕਾ ਬਣਾ ਲਿਆ। ਅਕਾਲੀ ਦਲ ਕਹਿੰਦਾ ਵੀ ਜਿਹੜਾ ਬਾਕੀ ਧੜਾ ਉਹ ਸਿਰਫ BJP ਦੀ ਸ਼ਹਿ 'ਤੇ ਹੋਇਆ, ਜਿਵੇਂ ਮਹਾਰਾਸ਼ਟਰ 'ਚ ਕੀਤਾ ਗਿਆ ਉਸੇ ਤਰ੍ਹਾਂ ਇੱਥੇ ਹੁਣ ਪੰਜਾਬ 'ਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਤਾ, ਕਹਿੰਦੇ BJP ਦਾ ਹੱਥ, BJP ਦਾ ਹੱਥ ਨਹੀਂ ਹੈਗਾ ਇਹਦੇ ਵਿੱਚ, ਕੋਈ ਜ਼ਿੰਮੇਵਾਰੀ ਕੋਈ ਯੋਗਦਾਨ ਨਹੀਂ ਹੈ। ਨਹੀਂ, ਸਾਡਾ ਕਈ ਉਹ ਹੁਣ ਇਹ ਉਹਨਾਂ ਦੀ ਪਾਰਟੀ, ਉਹਨਾਂ ਦੀ ਹੈਡੇਕ ਹੈ, ਇਹ ਉਹਨਾਂ ਦੇ ਬੰਦੇ ਆ, ਇਹ ਤਾਂ ਜਿਹੜਾ ਕੋਈ ਸੱਚ ਦੀ ਗੱਲ ਕਰਦਾ ਤਾਂ ਉਹਨੂੰ ਕਹਿ ਦਿੰਦੇ ਵੀ ਇਹ ਤਾਂ BJP ਦੀ B ਟੀਮ ਹੈ, ਕਦੀ ਆਮ ਆਦਮੀ ਪਾਰਟੀ ਵਾਲਿਆਂ ਨੂੰ, ਦੂਜੇ ਕੁਝ ਲੋਕਾਂ ਨੂੰ ਕਹਿ ਦਿੰਦੇ B ਟੀਮ ਹੈ ਭਾਰਤੀ ਜਨਤਾ ਪਾਰਟੀ ਦੀ। ਔਰ ਜਦੋਂ ਇਹ ਜਿਹੜਾ ਸਾਡਾ ਵਿਸਤਾਰ ਹੁੰਦਾ ਹੈ ਔਰ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇਸ ਵੇਲੇ ਵਰਲਡ ਦੀ, ਤਾਂ ਇਹਨਾਂ ਨੂੰ ਇੱਕ ਸਵਾਈ ਲਾਂਸ਼ਨ ਲਾਉਣ ਤੋਂ ਵੀ ਇਹ BJP ਦੀ B ਟੀਮ ਹੈ, ਇਹ ਮੇਰੇ ਖਿਆਲ 'ਚ ਸਹੀ ਨਹੀਂ ਹੈਗਾ, ਗਲਤ ਹੈਗਾ। ਲੋਕ ਜਦੋਂ ਮਨ ਬਣਾਈ ਬੈਠੇ ਆ ਵੀ ਅਸੀਂ ਸਾਰਿਆਂ ਨੂੰ ਮੌਕਾ ਦਿੱਤਾ, ਹੁਣ ਮੌਕਾ ਜਿਹੜਾ ਹੈ ਡਬਲ ਇੰਜਨ ਦੀ ਸਰਕਾਰ ਨੂੰ ਦੇਣਾ, ਅਤੇ ਉਹਦੇ ਵਿੱਚ 22 ਇਲੈਕਸ਼ਨ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾਉਣਾ। ਲੋਕ ਬਿਲਕੁਲ ਰੈਡੀ ਬੈਠੇ, ਤਿਆਰ ਬੈਠੇ ਆ। ਸਿਮਰਨ ਬਾਦਲ ਨੇ ਸਿੱਧੇ ਇਲਜ਼ਾਮ ਲਗਾਏ, ਕਹਿੰਦੇ ਵੀ ਇਹਨਾਂ ਦੇ ਜਿਹੜੇ 5 ਬੰਦੇ ਤਾਂ ਮੂੰਹ 'ਤੇ ਗਿਣਾਏ, ਕਹਿੰਦੇ ਵੀ ਜਿਹਦਾ ਇੱਕ ਭਰਾ BJP 'ਚ ਹੈ ਰੱਖੜਾ ਦਾ ਨਾਮ ਤਾਂ ਨਹੀਂ ਲਿਆ, ਦੂਸਰੇ ਪਾਸੇ ਇੱਕ ਦਾ ਨਾਮ ਲਿਆ ਵੀ ਕਹਿੰਦੇ ਜਿਹਨਾਂ ਦੀ ਧੀ BJP ਦਾ ਉਮੀਦਵਾਰ ਵਜੋਂ ਲੜੀ ਹੈ ਬਠਿੰਡੇ ਤੋਂ, ਇੱਕ ਲਿਆ ਵੀ ਜਿਹਦਾ ਭਰਾ ਵਾ। ਸੋ ਇਸੇ ਤਰੀਕੇ ਦੇ ਨਾਮ 3-4 ਵਿਅਕਤੀਆਂ ਦੇ ਨਾਮ ਤਾਂ ਨਹੀਂ ਲਏ ਪਰ ਦੱਸਿਆ ਸੀ, ਕਹਿੰਦੇ BJP ਦੇ ਨਾਲ ਸਿੱਧੇ ਸੰਬੰਧ 'ਚ ਨੇ। ਇਹ ਵੀ ਕਿਹਾ ਵੀ ਉਹਨਾਂ ਨੇ ਵੀ ਜਦੋਂ ਗੱਠਜੋੜ ਹੋਣਾ ਹੈ, ਇਹਨਾਂ ਨੇ ਹਾਮੀ ਭਰੀ ਸੀ ਵੀ ਗੱਠਜੋੜ ਹੋਣਾ ਚਾਹੀਦਾ, ਕਹਿੰਦੇ ਲੇਕਿਨ ਬਾਦਲ ਸਾਹਿਬ ਨੇ ਮਨਾ ਕਰਤਾ ਸੀ। ਇਹ ਤਾਂ ਹੁਣ ਆਪਣੇ ਬੜੇ ਹਾਸੋ ਹੀ ਨਹੀਂ ਆ ਗੱਲਾਂ ਨੇ। ਤੁਸੀਂ ਦੇਖੋ ਸਾਨੂੰ, ਅਸੀਂ ਸਾਡਾ ਵਰਕਰ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਸੀ ਕਿ ਸਾਨੂੰ ਜਿਹੜੀ ਇਲੈਕਸ਼ਨ ਇਕੱਲੇ ਤੌਰ 'ਤੇ ਲੜਨੀ ਚਾਹੀਦੀ ਹੈ। ਮੈਂ ਤਾਂ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬੜਾ ਨੇੜੇ ਹੋ ਕੇ ਦੇਖਿਆ ਹੈ। ਸਾਡਾ ਜਦੋਂ ਇਹ ਗੱਠਜੋੜ ਦੀ ਸਰਕਾਰ ਰਹੀ ਤਾਂ ਉਸ ਵੇਲੇ ਤਾਂ
ਸਾਡਾ ਜਿਹੜਾ ਹੁੰਦਾ ਸੀ ਆਪਣਾ ਸਟੇਟ ਪ੍ਰੈਜੀਡੈਂਟ ਅਤੇ ਇਹਨਾਂ ਦਾ ਸਰਕਲ ਪ੍ਰਧਾਨ ਹੁੰਦਾ ਸੀ, ਉਹ ਸਾਡੇ ਤੋਂ ਸੁਪਰਸੀਡ ਕਰਦਾ ਸੀਗਾ। ਉਹ ਇਸ ਕਰਕੇ ਮੈਨੂੰ ਉਹ ਸਾਡੇ ਸਵਰਗਵਾਸੀ ਅਰੁਣ ਜੇਟਲੀ ਜੀ ਉਹਨਾਂ ਨੇ ਸੁਝਾਅ ਪੁੱਛਣਾ, ਮਨਜੀਤ ਆਪਣੀ ਗੱਠਜੋੜ ਦੀ ਸਰਕਾਰ ਇਹਦੇ 'ਚ ਤੁਹਾਡਾ ਕੀ ਕਹਿਣਾ? ਮੈਂ ਕਹਿਣਾ ਕਿ ਵੀ ਆਰ ਸ਼ੇਅਰਿੰਗ ਦੀ ਗਵਰਮੈਂਟ ਬਟ ਵੀ ਆਰ ਨਾਟ ਸ਼ੇਅਰਿੰਗ ਦੀ ਪਾਵਰ। ਸਾਡੇ ਅਸੀਂ ਤਾਂ ਕਿਸੇ ਚੌਂਕੀ ਦਾ ਇੱਕ ਚੌਂਕੀ ਇੰਚਾਰਜ ਨਹੀਂ ਸੀ ਉਸ ਵੇਲੇ ਲਵਾ ਸਕਦੇ, ਤੋ ਇਸ ਕਰਕੇ ਅਸੀਂ ਜਨਤਾ ਦੇ ਵਿਚਾਰਿਆਂ ਦੀ ਸੇਵਾ ਤਾਂ ਕੀ ਕਰਨੀ ਸੀਗੀ। ਕਾਰਨ ਹੈ ਕਿ ਇਹ ਜਿਹੜਾ ਮਜਬੂਰੀ ਦੇ ਵਿੱਚ ਅਸੀਂ ਸਾਡਾ ਵਰਕਰ ਜਿਹੜਾ ਸੀ ਉਹ ਨਾਲ ਤੁਰਦਾ ਸੀ ਔਰ ਸਰਕਾਰ ਬਣਾਉਂਦਾ ਸੀਗਾ, ਲੇਕਿਨ ਜਦੋਂ ਸੱਤਾ ਦਾ ਆਨੰਦ ਮਾਣਨਾ ਹੁੰਦਾ ਸੀ, ਸੱਤਾ ਦੇ ਜਿਹੜੇ ਲੋਕਾਂ ਦੇ ਕੰਮ ਕਰਨੇ ਹੁੰਦੇ ਸੀ, ਉਸ ਵੇਲੇ ਇਹ ਜਿਹੜਾ ਸਾਡੇ ਕਿਸੇ ਬੰਦੇ ਸਾਰੇ ਟੋਟਲੀ ਸਾਨੂੰ ਇਗਨੋਰ ਕਰਕੇ ਆਪਦੇ ਕਾਰੋਬਾਰ ਕਰਦੇ ਸੀਗੇ। ਔਰ ਅਸੀਂ ਉਸ ਗੱਲ ਵਾਸਤੇ ਹੁਣ ਅਸੀਂ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਦੇ ਤੌਰ 'ਤੇ ਇਲੈਕਸ਼ਨ ਅੱਗੇ ਲੜੇਗੀ 2027 ਵਾਲਾ, ਉਹਦੇ ਵਾਸਤੇ ਜਿਹੜਾ ਇੱਥੋਂ ਸ਼ੁਰੂਆਤ ਹੋਣੀ ਹੈ ਔਰ ਸਾਰੇ ਜਾਣੇ ਮਨ ਬਣਾਈ ਬੈਠੇ ਆ ਕਿ ਡਬਲ ਇੰਜਨ ਦੀ ਸਰਕਾਰ ਬਣਾਉਣੀ। ਉਹਦੇ ਵਾਸਤੇ ਸਾਰਿਆਂ ਨੂੰ ਅਪੀਲ ਹੈ, ਬੇਨਤੀ ਹੈ, ਭਾਈ ਇੱਕ ਇੱਕ ਆਪਣਾ ਕੀਮਤੀ ਵੋਟ ਜਿਹੜਾ ਹੈ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਵਾਸਤੇ ਸਿੱਖ ਕੌਮ ਲਈ ਤਾਂ ਬੜੇ ਕੰਮ ਕੀਤੇ ਆ, ਜਿਹਨਾਂ 'ਚ ਕਰਤਾਰਪੁਰ ਕੋਰੀਡੋਰ ਹੈ ਔਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਦੇ ਨਾਂ 'ਤੇ ਉੱਪਰ ਜਿਹੜਾ ਵੀਰ ਬਾਲ ਦਿਵਸ ਮਨਾਉਣਾ। ਔਰ ਮੈਂ ਇਹ ਦੱਸਦਿਆਂ ਕਿ ਉਸ ਵੇਲੇ ਜਦੋਂ ਨੋਟੀਫਿਕੇਸ਼ਨ ਹੋਈ ਹੈ ਤਾਂ ਉਸ ਵੇਲੇ ਕੁਛ ਘੰਟਿਆਂ ਦੇ ਵਿੱਚ 5 ਕਰੋੜ ਲੋਕਾਂ ਨੇ ਸਰਚ ਕੀਤਾ ਹੈ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕੌਣ ਨੇ। ਫਿਰ ਸਾਡੇ ਇਤਿਹਾਸਿਕ ਅਸਥਾਨ ਪੁਨਰ ਸੁਰਜੀਤ ਕੀਤੇ ਆਪਣਾ ਚਮਕੌਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਔਰ ਚਮਕੌਰ ਦੇ ਵਿੱਚ ਜਦੋਂ ਪਾਤਸ਼ਾਹ ਨੂੰ ਪੁੱਛਿਆ ਗਿਆ ਵੀ ਤੁਸੀਂ ਆਪਣੇ ਬੇਟੇ ਵੀ ਸ਼ਹੀਦ ਹੋ ਗਏ, ਤਾਂ ਉਹਨਾਂ ਨੇ ਕਿਹਾ ਸੀ ਇਨ ਪੁੱਤਰ ਕੇ ਸੀਸ ਪਰ ਵਾਰ ਦੀ ਸੁਪਚਾਰ ਚਾਰ ਮੂਵੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਔਰ ਉਸ ਅਸਥਾਨ ਨੂੰ ਪੁਨਰ ਸੁਰਜੀਤ ਕਰਨ ਦਾ ਕੰਮ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਤਿਕਾਰਯੋਗ ਨਰਿੰਦਰ ਮੋਦੀ ਜੀ ਨੇ ਕੀਤਾ ਹੈ, ਸਾਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਉਹਨਾਂ ਦੇ ਪ੍ਰਕਾਸ਼ ਪੁਰਬ ਮਨਾਉਣ ਦਾ ਕੰਮ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਮਨਾਇਆ ਗਿਆ ਪੂਰੇ ਸੰਸਾਰ ਭਰ ਵਿੱਚ, ਔਰ ਲਗਭਗ 185 ਜਿਹੜੇ ਸਾਡੇ ਰਾਜਦੂਤ ਨੇ ਉਹਨਾਂ ਦੇ ਘਰਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਔਰ ਉੱਥੋਂ ਦੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੌਣ ਸਨ, ਔਰ ਉਹ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਦੇ 'ਚ ਜੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਪ੍ਰਤੱਖ ਗੁਰੂ ਨਿਸਤਾਰੇ, ਉਹਦੇ ਬਾਰੇ ਸਾਰਾ ਦੱਸਿਆ ਗਿਆ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਵਸ ਉਸ ਜਗ੍ਹਾ 'ਤੇ ਮਨਾਇਆ ਗਿਆ ਜਿੱਥੇ ਔਰੰਗਜ਼ੇਬ ਨੇ ਸਾਡੇ ਸਤਿਕਾਰੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਸੀਸ ਧੜ ਤੋਂ ਜੁਦਾ ਕਰਨ ਦਾ ਹੁਕਮ ਕੀਤਾ ਸੀ ਲਾਲ ਕਿਲ੍ਹੇ 'ਤੇ, ਉਸ ਲਾਲ ਕਿਲ੍ਹੇ 'ਤੇ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਪ੍ਰਕਾਸ਼ ਪਰਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਸ ਜਗ੍ਹਾ 'ਤੇ ਮਨਾਇਆ। ਇਸੇ ਤਰ੍ਹਾਂ ਹੀ 355ਵਾਂ ਪ੍ਰਕਾਸ਼ ਪਰਬ ਸ੍ਰੀ ਸਾਹਿਬੇਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਆਪਣੇ ਉਹਨਾਂ ਨੇ ਰੈਜੀਡੈਂਸ ਪ੍ਰਧਾਨ ਮੰਤਰੀ ਹਾਊਸ 'ਤੇ ਮਨਾਇਆ, ਮੈਂ ਉਹਦੇ ਵਿੱਚ ਸ਼ਾਮਿਲ ਹੋਇਆ ਸੀ। ਸੋ ਇਸ ਤਰ੍ਹਾਂ ਉਹਨਾਂ ਦਾ 84 ਦੇ ਪੀੜਿਤ ਜਿਹੜੇ ਦੰਗੇ ਵਾਲੇ ਲੋਕ ਸੀਗੇ ਜਿਹਨਾਂ ਉਹਨਾਂ 'ਤੇ ਜੇ ਮਲਬ ਲਾਉਣ ਦਾ ਕੰਮ ਕੀਤਾ ਤਾਂ ਨਰਿੰਦਰ ਮੋਦੀ ਜੀ ਨੇ ਕੀਤਾ, ਔਰ ਉਹ 84 ਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਾਉਣ ਦਾ ਕੰਮ ਜੇ ਕੀਤਾ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ। ਔਰ ਪਹਿਲੀ ਵਾਰੀ ਕੇਵਟ ਪਈ ਹੈ CBI ਵੱਲੋਂ ਬਈ ਇਹ ਜਿਹੜਾ ਸੱਜਣ ਕੁਮਾਰ ਹੈ ਨਾ, ਇਹਨੂੰ ਬੇਲ ਨਾ ਮਿਲੇ ਜੇ ਅਗਰ ਇਹ ਬੇਲ ਲਈ ਐਪਲੀਕੇਸ਼ਨ ਅਪਲਾਈ ਕਰਦਾ, ਔਰ ਕੇਵਟ ਐਪਲੀਕੇਸ਼ਨ ਪਾਈ ਗਈ
ਔਰ ਇਸੇ ਕਰਕੇ ਅੱਜ ਸੱਜਣ ਕੁਮਾਰ ਜਿਹੜਾ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਮਗਰ ਹੈਗਾ। ਇਸ ਬਾਕੀ ਵੀ ਕੇਸ ਜਿਹੜੇ ਰੀਓਪਨ ਕੀਤੇ ਹੋਏ ਨੇ, ਔਰ ਕਾਂਗਰਸ ਨੇ ਤਾਂ ਉਹਨਾਂ ਦੀ ਪੁਸ਼ਤ ਬਣਾਈ ਕਰਨ ਦਾ ਕੰਮ ਕੀਤਾ। ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਸ ਵੇਲੇ ਕਿਹਾ ਸੀਗਾ, ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕੰਪਦੀ ਹੈ। ਤਾਂ ਦੇਖੋ ਉਹਨਾਂ ਲੋਕਾਂ ਨੇ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਉਸ ਵੇਲੇ ਸਾਡੀ ਸਿੱਖ ਕੌਮ ਦੇ ਲੋਕਾਂ ਨੂੰ ਮਾਰਿਆ, ਕਤਲੋਗਾਰਦ ਕੀਤੀ ਔਰ ਸਾਡੇ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਕੀਤੇ, ਉਹਨਾਂ ਲੋਕਾਂ ਦੀ ਪੁਸ਼ਟ ਬਣਾਈ ਕਰਨ ਦਾ ਕੰਮ ਕੀਤਾ ਅਤੇ ਕਾਂਗਰਸ ਦੇ ਲੋਕਾਂ ਨੇ ਕੀਤਾ। ਅੱਜ ਕਿਹੜੇ ਮੂੰਹ ਦੇ ਨਾਲ ਇਹ ਜਿਹੜਾ ਆਪਣਾ ਜਿਹੜਾ ਇਹਨਾਂ ਦਾ ਪ੍ਰਦੇਸ਼ ਪ੍ਰਧਾਨ ਅਤੇ ਬਾਜਵਾ ਜੀ ਇਹ ਵੋਟ ਮੰਗਣ ਦਾ ਕੰਮ ਕਰਦੇ? ਕਿਆ ਇਹ ਸਿੱਖ ਕੌਮ ਕੋਲ ਵੋਟ ਮੰਗਣ ਦਾ ਅਧਿਕਾਰ ਹੈਗਾ ਇਹਨਾਂ ਨੂੰ, ਜਿਨ੍ਹਾਂ ਦੇ ਸਾਡੇ ਕੌਮ ਦਾ ਕਤਲੇਆਮ ਕੀਤਾ ਹੋਵੇ, ਪੂਰੇ ਦੇਸ਼ ਦੇ ਵਿੱਚ ਫੜ ਫੜ ਕੇ ਲੋਕਾਂ ਨੂੰ ਟਾਇਰ ਗਲਾਂ 'ਚ ਪਾ ਪਾ ਕੇ ਸਾੜਿਆ ਗਿਆ? ਅਤੇ ਇਹ ਅੱਜ ਸਿੱਖ ਕੌਮ ਦੀਆਂ ਗੱਲਾਂ ਕਰਦੇ ਨੇ, ਚਾਹੇ ਉਹ ਅਕਾਲੀ ਦਲ ਹੋਵੇ ਅਤੇ ਚਾਹੇ ਆਪਣੇ ਦੂਸਰੇ ਕਾਂਗਰਸ ਵਾਲੇ, ਹੁਣ ਖਾਸ ਕਰਕੇ ਕਾਂਗਰਸ ਵਾਲੇ, ਕਿਉਂਕਿ ਇਹਨਾਂ ਦੀਆਂ ਸਰਕਾਰਾਂ ਸੀ ਔਰ ਇਹਨਾਂ ਨੇ ਉਹਨਾਂ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਔਰ ਨਾਲ ਉਹਨਾਂ ਨੂੰ ਗੱਦੀਆਂ ਨਵਾਜੀਆਂ। ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਜਿਹੜੀ ਹੋਈ, ਜਿਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਅਕਾਲੀ ਦਲ ਦਫਾੜ ਦੇ ਸਿੱਧੇ ਤੌਰ ਦੇ ਉੱਪਰ ਸਾਡੇ ਨਾਲ ਕੋਈ ਸੰਬੰਧ ਨਹੀਂ ਨੇ, ਕਿਉਂਕਿ ਬੀਜੇਪੀ ਦੇ ਵਰਕਰਸ ਕਾਰਕੁਨ ਜਿਹੜੇ ਨੇ ਉਹ ਖੁਦ ਬੀਜੇਪੀ ਇਕੱਲੇ ਲੜੇਗੀ ਔਰ ਉਸੇ ਤਰੀਕੇ ਦੇ ਨਾਲ ਵੋਟ ਜਿਹੜੀ ਉਹ ਆਪਣੇ ਕੰਮਾਂ ਕਰਕੇ ਮੰਗੂਗੀ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ ਟੀਵੀ ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।